20 ਤੋਂ 25 ਮਿੰਟ ਹੋ ਚੁੱਕੇ ਅੱਗ ਲੱਗੀ ਨੂੰ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉੱਥੇ ਖੜ੍ਹੇ ਨੇ ਜੀ, ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਲੋਕਾਂ ਨੂੰ ਪੁੱਛਾਂਗੇ ਵੀ ਜੀ ਇਹ ਇੱਕ ਫੈਕਟਰੀ ਵਗੈਰਾ। ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਦੇ ਭਾਂਬੜ ਜਿਸ ਨੇ ਹਫੜਾ ਦਫੜੀ ਦਾ ਮਾਹੌਲ ਪੈਦਾ ਕੀਤਾ। ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗੱਡੀਆਂ ਆਈਆਂ ਔਰ ਇਸ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਾਟਾਂ ਅਤੇ ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ। ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਪੁਨੀਤ ਨਗਰ ਦੇ ਵਿੱਚ ਇਹ ਅੱਗ ਲੱਗੀ, ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਨੇ, ਜਿਨ੍ਹਾਂ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਇਹ ਇੱਕ ਗੋਦਾਮ ਹੈ ਜਿੱਥੇ ਭਿਆਨਕ ਅੱਗ ਲੱਗੀ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਲੱਖਾਂ ਦਾ ਨੁਕਸਾਨ ਹੋ ਚੁੱਕਿਆ। ਫਿਲਹਾਲ ਮੁਲਾਜ਼ਮ ਨੇ ਜਿਹੜੇ ਮੌਕੇ 'ਤੇ ਪਹੁੰਚੇ ਹੋਏ ਨੇ, ਅੱਗ ਦੇ ਭਾਂਬੜ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ, ਕਿਸ ਤਰੀਕੇ ਦੇ ਨਾਲ ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਪੁਨੀਤ ਨਗਰ ਦੀਆਂ ਇਹ ਤਸਵੀਰਾਂ ਨੇ। ਕੀ ਹੋਇਆ ਜਿੱਥੇ ਅੱਗ ਲੱਗੀ ਉਹਦੇ ਪਿਛਲੇ ਪਾਸੇ ਆਪਣਾ ਮਕਾਨ ਹੈ ਜੀ, ਰੈਂਟ 'ਤੇ ਦਿੱਤਾ ਹੋਇਆ। ਅੱਛਾ, ਮੇਰੇ ਭਾਈ ਸਾਹਿਬ ਦਾ ਹੈਗਾ। ਠੀਕ ਹੈ। ਅਤੇ ਡੇਢ ਘੰਟਾ ਹੋ ਗਿਆ ਅੱਗ ਲੱਗੀ, ਇਹਦਾ ਪਤਾ ਨਹੀਂ ਲੱਗਿਆ ਕਿੱਦਾਂ ਲੱਗੀ, ਬਹੁਤ ਗੋਦਾਮ ਹੈਗਾ ਜੀ। ਅੱਛਾ, ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਠੀਕ ਹੈ। ਪੁਲਿਸ ਮੁਲਾਜ਼ਮ ਗੱਡੀਆਂ ਵਾਲੇ ਫਾਇਰ ਬ੍ਰਿਗੇਡ ਵਾਲੇ ਪੂਰੀ ਹੈਲਪ ਕਰ ਰਿਹਾ, ਪੂਰਾ ਸਹਿਯੋਗ ਦੇ ਰਿਹਾ। 10-15 ਮਿੰਟ ਬਾਅਦ ਗੱਡੀਆਂ ਲੈ ਕੇ ਪੂਰੀ ਪਹੁੰਚ ਗਏ ਜੀ। ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਬੰਦੇ ਸੀਗੇ ਉਹ ਬਾਹਰ ਆ ਗਏ ਅੱਗ ਲੱਗਣ 'ਚ। ਕਹਿੰਦੇ ਬਿਜਲੀ ਨਾਲ ਹੀ ਅੱਗ ਲੱਗੀ ਹੈ ਜੀ, ਇਹ ਪਤਾ ਨਹੀਂ ਕੋਈ ਵੀ ਕਿੱਦਾਂ ਲੱਗੀ ਹੈ ਜੀ। ਠੀਕ ਹੈ। ਅਤੇ ਇਹ ਗਲੀਆਂ ਤੰਗ ਨੇ ਅਤੇ ਫਾਇਰ ਬ੍ਰਿਗੇਡ ਨੂੰ ਕੋਈ ਦਿੱਕਤ ਆ ਰਹੀ ਹੈ? ਨਹੀਂ, ਉਹ ਪੂਰਾ ਜ਼ੋਰ ਲਾ ਰਹੀ, ਉਹਨੇ ਪੈਪਾਂ ਲੈਣੀ ਆਪਣੀਆਂ ਗਲੀਆਂ 'ਚੋਂ। ਠੀਕ ਹੈ। ਉਹਨਾਂ ਪੂਰੀ ਕੀਤਾ, ਐਨ ਸਹਿਯੋਗ ਦਿੱਤਾ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਮੁਹੱਲੇ ਨੇ ਵੀ ਸਹਿਯੋਗ ਦਿੱਤਾ, ਗੱਡੀਆਂ ਨੇ ਵੀ ਸਹਿਯੋਗ ਦਿੱਤਾ, ਅੱਗ 'ਤੇ ਕਾਬੂ ਪਾ ਰਿਹਾ। ਅੱਗ 'ਤੇ ਕਾਬੂ ਪਾ ਰਿਹਾ, ਅੱਗ 'ਤੇ ਕਾਫੀ ਕਾਬੂ ਪੈ ਗਿਆ, ਪਹਿਲਾਂ ਬਹੁਤ ਤੇਜ਼ ਸੀ, ਹੁਣ ਅੱਗੇ ਨੂੰ ਕੁਛ ਫਰਕ ਹੈਗਾ ਮੈਡਮ? 20 ਤੋਂ 25 ਮਿੰਟ ਹੋ ਚੁੱਕੇ ਅੱਗ ਲੱਗੀ ਨੂੰ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਉੱਥੇ ਖੜ੍ਹੇ ਨੇ ਜੀ, ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਲੋਕਾਂ ਨੂੰ ਪੁੱਛਾਂਗੇ ਵੀ ਜੀ ਇਹ ਇੱਕ ਫੈਕਟਰੀ ਵਗੈਰਾ। ਰਿਹਾਇਸ਼ੀ ਇਲਾਕੇ ਦੇ ਵਿੱਚ ਅੱਗ ਦੇ ਭਾਂਬੜ ਜਿਸ ਨੇ ਹਫੜਾ ਦਫੜੀ ਦਾ ਮਾਹੌਲ ਪੈਦਾ ਕੀਤਾ। ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ, ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਗੱਡੀਆਂ ਆਈਆਂ ਔਰ ਇਸ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਾਟਾਂ ਅਤੇ ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ। ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਪੁਨੀਤ ਨਗਰ ਦੇ ਵਿੱਚ ਇਹ ਅੱਗ ਲੱਗੀ, ਜਿਸ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਨੇ, ਜਿਨ੍ਹਾਂ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਇਹ ਇੱਕ ਗੋਦਾਮ ਹੈ ਜਿੱਥੇ ਭਿਆਨਕ ਅੱਗ ਲੱਗੀ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਲੱਖਾਂ ਦਾ ਨੁਕਸਾਨ ਹੋ ਚੁੱਕਿਆ। ਫਿਲਹਾਲ ਮੁਲਾਜ਼ਮ ਨੇ ਜਿਹੜੇ ਮੌਕੇ 'ਤੇ ਪਹੁੰਚੇ ਹੋਏ ਨੇ, ਅੱਗ ਦੇ ਭਾਂਬੜ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ, ਕਿਸ ਤਰੀਕੇ ਦੇ ਨਾਲ ਧੂੰਏ ਦਾ ਗੁਬਾਰ ਅਸਮਾਨੀ ਚੜ੍ਹਦਾ ਜਾ ਰਿਹਾ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਲੁਧਿਆਣਾ ਦੇ ਟਿੱਬਾ ਰੋਡ 'ਤੇ ਸਥਿਤ ਪੁਨੀਤ ਨਗਰ ਦੀਆਂ ਇਹ ਤਸਵੀਰਾਂ ਨੇ। ਕੀ ਹੋਇਆ ਜਿੱਥੇ ਅੱਗ ਲੱਗੀ ਉਹਦੇ ਪਿਛਲੇ ਪਾਸੇ ਆਪਣਾ ਮਕਾਨ ਹੈ ਜੀ, ਰੈਂਟ 'ਤੇ ਦਿੱਤਾ ਹੋਇਆ। ਅੱਛਾ, ਮੇਰੇ ਭਾਈ ਸਾਹਿਬ ਦਾ ਹੈਗਾ। ਠੀਕ ਹੈ। ਅਤੇ ਡੇਢ ਘੰਟਾ ਹੋ ਗਿਆ ਅੱਗ ਲੱਗੀ, ਇਹਦਾ ਪਤਾ ਨਹੀਂ ਲੱਗਿਆ ਕਿੱਦਾਂ ਲੱਗੀ, ਬਹੁਤ ਗੋਦਾਮ ਹੈਗਾ ਜੀ। ਅੱਛਾ, ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਠੀਕ ਹੈ। ਪੁਲਿਸ ਮੁਲਾਜ਼ਮ ਗੱਡੀਆਂ ਵਾਲੇ ਫਾਇਰ ਬ੍ਰਿਗੇਡ ਵਾਲੇ ਪੂਰੀ ਹੈਲਪ ਕਰ ਰਿਹਾ, ਪੂਰਾ ਸਹਿਯੋਗ ਦੇ ਰਿਹਾ। 10-15 ਮਿੰਟ ਬਾਅਦ ਗੱਡੀਆਂ ਲੈ ਕੇ ਪੂਰੀ ਪਹੁੰਚ ਗਏ ਜੀ। ਕੋਈ ਜਾਨੀ ਨੁਕਸਾਨ? ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਬੰਦੇ ਸੀਗੇ ਉਹ ਬਾਹਰ ਆ ਗਏ ਅੱਗ ਲੱਗਣ 'ਚ। ਕਹਿੰਦੇ ਬਿਜਲੀ ਨਾਲ ਹੀ ਅੱਗ ਲੱਗੀ ਹੈ ਜੀ, ਇਹ ਪਤਾ ਨਹੀਂ ਕੋਈ ਵੀ ਕਿੱਦਾਂ ਲੱਗੀ ਹੈ ਜੀ। ਠੀਕ ਹੈ। ਅਤੇ ਇਹ ਗਲੀਆਂ ਤੰਗ ਨੇ ਅਤੇ ਫਾਇਰ ਬ੍ਰਿਗੇਡ ਨੂੰ ਕੋਈ ਦਿੱਕਤ ਆ ਰਹੀ ਹੈ? ਨਹੀਂ, ਉਹ ਪੂਰਾ ਜ਼ੋਰ ਲਾ ਰਹੀ, ਉਹਨੇ ਪੈਪਾਂ ਲੈਣੀ ਆਪਣੀਆਂ ਗਲੀਆਂ 'ਚੋਂ।
ਠੀਕ ਹੈ, ਉਹਨਾਂ ਪੂਰੀ ਕੀਤਾ ਐਨ ਸੰਯੋਗ ਦਿੱਤਾ ਜੀ, ਕੋਈ ਇਹੋ ਜਿਹੀ ਗੱਲ ਨਹੀਂ, ਮਹੱਲੇ ਨੇ ਵੀ ਸੰਯੋਗ ਦਿੱਤਾ, ਗੱਡੀਆਂ ਨੇ ਵੀ ਸੰਯੋਗ ਦਿੱਤਾ, ਅੱਗ ਤੇ ਕਾਬੂ ਪਾ ਰਿਹਾ, ਅੱਗ ਤੇ ਕਾਬੂ ਪਾ ਰਿਹਾ, ਅੱਗ ਤੇ ਕਾਫੀ ਕਾਬੂ ਪੈ ਗਈ, ਪਹਿਲਾਂ ਬਹੁਤ ਤੇਜ਼ ਸੀ, ਹੁਣ ਅੱਗੇ ਨਾਲੋਂ ਕੁਛ ਫਰਕ ਹੈਗਾ ਮੈਡਮ।